ਮਰੋ ਤੋਂ ਬਾਅਦ ਸਾਡੇ ਵੱਡੇ ਭਾਅ ਜੀ ਚੇਤਨ ਭਾਅ ਜੀ ਵਰਨ ਭਾਅ ਜੀ ਆਉਣਗੇ ਮੇਰੇ ਨਾਲ ਭਾਈ ਤਾਂ ਰਹਿ ਗਏ ਅਸੀਂ ਡਿਊਟੀ ਗਾਉਣਾ ਭਜਨ ਦਰਬਾਰ ਦੇ ਵਿੱਚ ਇਕੱਠੇ ਹੋਏ ਆ ਮਹਾਰਾਜ ਦਰਬਾਰ ਵਿੱਚ ਕੀ ਕਹਿਣਾ ਸਾਰੇ ਆ ਬੜਾ ਸਪੀੜਾ ਕੱਢ ਹੀ ਲਾਵਾਂ ਅੱਜ ਮੈਂ ਆਹੋ ਆ ਦੋ ਭਰਾ ਇਕੱਠੇ ਤੇ ਹੋਈ ਸੁੱਖਾਂ ਦੀ ਪੌੜੀ ਤੇ ਦਾਤੀਏ ਚੜ੍ਹਦੇ ਜਾਂਦੇ ਆ ਮੇਰੀਆਂ ਮਾਤਾ ਬੈਠੀਆਂ ਮੇਰੇ ਭਰਾ ਬੈਠੇ ਨੇ ਚਾਹ ਸਾਰੇ ਨੇ ਪੀ ਲਈ ਹੈ ਜਿਨ੍ਹਾਂ ਨੇ ਪੀ ਲਈ ਹੱਥ ਖੜੇ ਕਰੋ ਪਹਿਲਾਂ ਜੀ ਸਾਰਿਆਂ ਨੇ ਚਾਹ ਪੀ ਲਈ ਹੈ ਜੀ ਮਾਤਾ ਜੀ ਹਾਂਜੀ ਹੁਣ ਜਿਨ੍ਹਾਂ ਨੇ ਚਾਹ ਪੀ ਲਈ ਉਹ ਗਲਾਸ ਰੱਖ ਦੋ ਥੱਲੇ ਹੁਣ ਥੋੜਾ ਜਿਹਾ ਤਾਰੀ ਦਾ ਸਾਹ ਦਿਓ ਸਾਰੇ ਜਣੇ ਕੀ ਕਹਿਣਾ ਦਰਬਾਰ ਦੇ ਵਿੱਚ ਹੀ ਹਾਜ਼ਰੀ ਲਗਾਉਣ ਵਾਸਤੇ ਹਾਜ਼ਰੀ ਇਦਾਂ ਨਹੀਂ ਲੱਗਣੀ ਜੇਬਾਂ ਜੱਤ ਪਾਕ ਨਹੀਂ ਲੱਗਣੀ ਜਾਂ ਸ਼ੌਰ ਦੀ ਬੁੱਕਲ ਮਾਰਕ ਨਹੀਂ ਲੱਗਣੀ ਅੱਜ ਹਾਜ਼ਰੀ ਲਗਾਉਣ ਵਾਸਤੇ ਆਏ ਆ ਸੋ ਕੀ ਕਹਿਣਾ ਮੇਰੇ ਨਾਲ ਸਾਰੇ ਜਣੇ ਮਿੱਤਰ ਬੋਲਾਂ ਸੁੱਖਾਂ ਦੀ ਪੌੜੀ ਤੇ ਦਾਤੀਏ ਚੜ੍ਹਦੇ ਜਾਂਦੇ ਆ
ਵਧੀਆ ਲੱਗਿਆ ਜੀ ਸਾਰਿਆਂ ਨੂੰ ਸੋ ਮੇਰੇ ਨਾਲ